ਮਹਾਨੀ ਸਟੂਡੈਂਟ ਅੱਜ ਅਸੀਂ ਕਰਾਂਗੇ ਲੈਸਨ ਨੰਬਰ 6 ਜਿਹੜਾ ਕਿ ਅਸੀਂ ਸ਼ੁਰੂ ਕੀਤਾ ਹੋਇਆ ਹੈ ਹਾਸ਼ਮ ਸ਼ਾ ਉਹਦੇ ਦੋਹੜੀਆਂ ਵਿੱਚੋਂ ਹੈ ਤੇ ਬੇਟਾ ਇਹਦੇ ਬਾਕੀ ਜਿਹੜੇ ਪੈਰੇ ਅਸੀਂ ਸਾਰੇ ਕਰ ਲੈ ਖੋ ਭਾਗ ਸ਼ੁਰੂ ਕਰ ਲੈਣੇ ਆ ਦਾ ਖੱਖਾ ਭਾਗ ਤੇ ਸ਼ੁਰੂ ਕਰਦੇ ਆ ਨਹੀਂ ਕਬੂਲ ਇਬਾਦਤ ਤੇਰੀ ਤੂੰ ਜਗ ਲਗ ਜਗ ਲਗ پاک ਨਾ ਹੋਵੇਂ ਕਹਿੰਦੇ ਨੇ ਕਿ ਉਹਨਾਂ ਤੇ ਕਿ ਤੇਰੀ ਕੋਈ ਵੀ ਬੰਦਗੀ ਜਿਹੜੀ ਕਬੂਲ ਨਹੀਂ ਕੀਤੀ ਜਾਏਗੀ ਜਿੰਨਾ ਚਿਰ ਤੇਰਾ ਮਨ ਪਵਿੱਤਰ ਨਹੀਂ ਹੁੰਦਾ ਅੰਬਲ ਖਾ ਕੇ ਪਵੇ ਮੁੱਲ ਤੇਰਾ ਪਰ ਜਗ ਲਗ ਖਾਕ ਨਾ ਹੋਵੇ ਕਹਿੰਦੇ ਕਿ ਤੇਰੇ ਅੰਬਲਾਂ ਦਾ ਕੋਈ ਮੁੱਲ ਨਹੀਂ ਪੈਣਾ ਜਿੰਨਾ ਚਿਰ ਕੇ ਤੂੰ ਖਾਕ ਨਾ ਬਣ ਜਾਏ ਆਪਣੇ ਆਪ ਨੂੰ ਮਿੱਟੀ ਦੀ ਤਰ੍ਹਾਂ ਨਮਾਣਾ ਨਾ ਬਣਾ ਦੇ ਠੀਕ ਹੈ ਨਹੀਂ ਬੇਬਾਕ ਕਦੇ ਹਰ ਤਰਫ ਬੇਇਤفاق ਨਾ ਹੋਵੇ ਕਹਿੰਦੇ ਕਿ ਜਦੋਂ ਤੱਕ ਤੂੰ ਸੰਸਾਰਿਕ ਸਬੰਧਾਂ ਨੂੰ ਵਸਤੂਆਂ ਨੂੰ ਨਹੀਂ ਛੱਡੇਗਾ ਦੇ ਜਦੋਂ ਤੱਕ ਤੂੰ ਮਤਲਬ ਤੇਰਾ ਜਿਹੜਾ ਪੂਰਾ ਧਿਆਨ ਜਿਹੜਾ ਤੂੰ ਇਹਨਾਂ ਚੀਜ਼ਾਂ ਨੂੰ ਛੱਡ ਕੇ ਫੇਰ ਹੀ ਤੂੰ ਬੇਪਰਵਾਹ ਹੋ ਸਕਦਾ ਹੈ ਹਾ ਕਮ ਕੀ ਮੁਰਤਾਕ ਸਿਸਕ ਦਾ ਭਲਾ ਜਾਂ ਸਿਰ ਤਾਕ ਨਾ ਹੋਵੇ ਤੇ ਕਹਿੰਦੇ ਨੇ ਕਿ ਹਾਕਮ ਹਾਕਮ ਕਹਿੰਦੇ ਨੇ ਕਿ ਉਹਨਾਂ ਚ ਇੱਕ ਬੰਦੇ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਇਸ਼ਕ ਵਿੱਚ ਬੜਾ ਉਤਸਕ ਹੈ ਜਦੋਂ ਤੱਕ ਕਿ ਉਹਦਾ ਜਿਹੜਾ ਆਪਣੇ ਮਨ ਦੇ ਵਿੱਚ ਆਪਣੇ ਪ੍ਰੇਮੀ ਨੂੰ ਆਪਣੇ ਪ੍ਰੀਤਨ ਨੂੰ ਮਿਲਣ ਦੀ ਰੁਚੀ ਵਾਦਾ ਨਾ ਹੋਵੇ ਤੇ ਬੇਟਾ ਸਭ ਤੋਂ ਪਹਿਲਾਂ ਇਹ ਪ੍ਰਸੰਗ ਲਿਖਾਂਗੇ ਠੀਕ ਹੈ ਤੇ ਇਹ ਕਾ ਵੀ ਟੋਟਾ ਮੱਧ ਕਲੀਨ ਪੰਜਾਬੀ ਪੁਸਤਕ ਵਿੱਚ ਦਰਜ ਹਾਕਮ ਹਾ ਹਸਮਸਾ ਦੇ ਦੋਹੜਿਆਂ ਵਿੱਚੋਂ ਲਿਆ ਗਿਆ ਹੈ ਕਿਦੇ ਵਿੱਚੋਂ ਲਿਆ ਗਿਆ ਹੈ ਹਾਸਮਸਾ ਦੇ ਦੋਹੜਿਆਂ ਵਿੱਚੋਂ ਲਿਆ ਗਿਆ ਹੈ ਇਸ ਪੁਸਤਕ ਵਿੱਚ ਦਰਜ ਦੋਹੜਿਆਂ ਵਿੱਚ ਕਵੀ ਨੇ ਆਸ਼ਕ ਦੀ ਮਹਾਨਤਾ ਬਿਰਹਾ ਦੇ ਦੁੱਖਾਂ ਆਸ਼ਕ ਤੇ ਮਸੂਕ ਦੇ ਸਬੰਧਾਂ ਪਰਮਾਤਮਾ ਦੀ ਮਹਿਮਾ ਧਾਰਮਿਕ ਪਖੰਡਾਂ ਦਾ ਖੰਡਨ ਸੂਫੀ ਤੇ ਅਧਿਆਤਮਿਕ ਵਿਸ਼ਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ ਬੇਟਾ ਇੰਨਾ ਸਾਰੀਆਂ ਲਾਈਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਰੱਟ ਲੈਣਾ ਕਿਉਂਕਿ ਇਹ ਸਾਰੇ ਜਿਹੜੇ ਹਾ ਸੰਸਾ ਦੇ ਦੋਹੜਿਆਂ ਵਿੱਚ ਤੁਸੀਂ ਕੋਈ ਵੀ ਆ ਜਾਈਗਾ ਤੁਹਾਨੂੰ ਤਾਂ ਤੁਸੀਂ ਆ ਪ੍ਰਸੰਗ ਲਿਖ ਸਕਦੇ ਹੋ ਠੀਕ ਹੈ ਅੱਗੇ ਹੈਗਾ ਵਿਆਖਿਆ ਕੀ ਹੈ ਕਿ ਹਾ ਸੰਸਾ ਕਹਿੰਦੇ ਹਨ ਕਿ ਓਨਾ ਚਿਰ ਤੇਰੀ ਭਗਤੀ ਕਬੂਲ ਨਹੀਂ ਹੋਣੀ ਜਿੰਨਾ ਚਿਰ ਤੇਰੇ ਅੰਦਰ ਭਾਵ ਮਨ ਪਵਿੱਤਰ ਨਹੀਂ ਹੁੰਦਾ ਮੈਂ ਕਹਿਨ ਦਾ ਮਤਲਬ ਹੈ ਕਿ ਜੇ ਤੇਰੇ ਮਨ ਵਿੱਚ ਤੋਖ ਹੈ ਕਿ ਇਹ ਬਾਰੇ ਫਰੇ ਬੈ ਕਹੇ ਬਾਰੇ ਪੂਰੀ ਭਾਵਨਾ ਹੈ ਬੁਰੀ ਭਾਵਨਾ ਹੈ ਤਾਂ ਤੇਰੀ ਭਗਤੀ ਕਬੂਲ ਨਹੀਂ ਹੋਣੀ ਠੀਕ ਹੈ ਤੇਰੇ ਅੰਬਲਾਂ ਦਾ ਕੁਝ ਵੀ ਮੁੱਲ ਨਹੀਂ ਪਵੇਗਾ ਜਦ ਤੱਕ ਤੂੰ ਆਪਣੇ ਆਪ ਵਿੱਚੋਂ ਹੰਕਾਰ ਤੇ ਗਮੰਡ ਨਹੀਂ ਕੱਢੇਗਾ ਠੀਕ ਹੈ ਅੱਛਾ ਅੱਗੇ ਹੈਗਾ ਆਪਣੇ ਆਪ ਨੂੰ ਖਾਕ ਪਾ ਮਿੱਟੀ ਵਾਂਗ ਨਹੀਂ ਮਾਣਾ ਨਹੀਂ ਬਣਾ ਬਣ ਜਾਂਦਾ ਕਹਿੰਦੇ ਨੇ ਕਿ ਉਦੋਂ ਤੱਕ ਤੇਰੇ ਅੰਬਲਾਂ ਦਾ ਕੋਈ ਮੁੱਲ ਨਹੀਂ ਪੈਣਾ ਜਿੰਨਾ ਚੱਕ ਤੇਰਾ ਹੰਕਾਰ ਤੇ ਤੇਰਾ ਆਪਣੇ ਮਨ ਵਿੱਚ ਗਮੰਡ ਨਹੀਂ ਘਟਦਾ ਤੇ ਆਪਣੇ ਆਪ ਨੂੰ ਮਿੱਟੀ ਦੀ ਤਰ੍ਹਾਂ ਨਿਮਾਣਾ ਬੇਟਾ ਮਿੱਟੀ ਕਿਆਂ ਦਾ ਭਾਵ ਹੈ ਕਿ ਧਰਤੀ ਜਿੱਥੇ ਅਸੀਂ ਪੈਰ ਰੱਖਦੇ ਆ ਮਤਲਬ ਆਪਣੇ ਆਪ ਨੂੰ ਇੰਨਾ ਨੀਵਾ ਕਰ ਲੈਣਾ ਜਿਵੇਂ ਕਿ ਮਿੱਟੀ ਧਰਤੀ ਹੈ ਆਪਣੇ ਆਪ ਨੂੰ ਕਿੰਨਾ ਕਸ਼ਟ ਸਹਿ ਕੇ ਤੇ ਫਿਰ ਵੀ ਸਰਦੀ ਗਰਮੀ ਸਹਿ ਕੇ ਤੇ ਸਾ ਫਿਰ ਵੀ ਨਿਮਾਣੀ ਬਣੀ ਦੀ ਹੈ ਤੇ ਉਸ ਤਰ੍ਹਾਂ ਆਪਣੇ ਮਨ ਨੂੰ ਨਿਮਾਣਾ ਬਣਾ ਲੈ ਠੀਕ ਹੈ ਤੂੰ ਜਦ ਤੱਕ ਸੰਸਾਰ ਦੀ ਹਰ ਰਿਸ਼ਤੇ ਅਤੇ ਪਤਾ ਅਰਥ ਤੂੰ ਬੇਪਰਵਾਹ ਨਹੀਂ ਹੋ ਸਕਦਾ ਜਦ ਤੱਕ ਤੂੰ ਇੰਨਾ ਨਾਲੋਂ ਆਪਣਾ ਸਬੰਧ ਪੂਰੀ ਤਰ੍ਹਾਂ ਤੋੜ ਨਹੀਂ ਲੈਂਦਾ ਕਹਿੰਦੇ ਕਿ ਜਦ ਤੱਕ ਸੋਰੀ ਤਦ ਤੱਕ ਕਹਿੰਦੇ ਕਿ ਜਦੋਂ ਉਦੋਂ ਤੱਕ ਤਾਦ ਤੱਕ ਮਤਲਬ ਕਿ ਉਦੋਂ ਤੱਕ ਤੂੰ ਇਨਾਂ ਰਿਸ਼ਤਿਆਂ ਤੋਂ, ਪ੍ਰਧਾਰਥਿਆਂ ਤੋਂ ਬੇਪਰਵਾਹ ਨਹੀਂ ਹੋ ਜਾਂਦਾ ਜਦੋਂ ਤੱਕ ਤੂੰ ਇਨਾਂ ਸਾਰਿਆਂ ਤੋਂ ਬੇਵਮਖ ਨਹੀਂ ਹੋ ਜਾਂਦਾ ਸਾਰਿਆਂ ਤੋਂ ਜਿਹੜਾ ਆਪਣਾ ਸਬੰਧ ਤੋੜਨੇ ਲੈਂਦਾ ਠੀਕ ਹੈ ਕਹਿੰਦੇ ਉਹ ਬੰਦੇ ਨੂੰ ਔਨਾ ਚਿਰ ਅਗਿਆ ਸ਼ਮਸ਼ਾ ਕੀ ਕਹਿੰਦੇ ਨੇ ਕਿ ਉਹ ਬੰਦੇ ਨੂੰ ਔਨਾ ਚਿਰ ਇਸ਼ਕ ਲਈ ਉਤਸੁਕ ਵੀ ਨਹੀਂ ਕਿਹਾ ਜਾ ਸਕਦਾ ਜਿੰਨਾ ਚਿਰ ਉਸ ਦੇ ਦਿਮਾਗ ਵਿੱਚ ਆਪਣੇ ਪ੍ਰੀਤਮ ਦੀ ਖੋਜ ਕਰਨ ਦੀ ਰੁਚੀ ਨਾ ਟਿਕਦੀ ਠੀਕ ਹੈ ਨਹੀਂ ਟਿਕਦੀ ਜਾਂ ਨਾ ਟਕੇ ਜਾਂ ਨਹੀਂ ਬਖਾਈ ਦਿੰਦੀ ਠੀਕ ਹੈ ਇਸ ਤਰ੍ਹਾਂ ਕੀ ਕਿਹਾ ਕਿ ਹਾਂ ਸ਼ਮਸ਼ਾਨੇ ਕੇ ਅਗੇ ਉਨਾ ਤੇ ਉਨਾ ਚਿਰ ਕਿ ਕਿਸੇ ਬੰਦੇ ਨੂੰ ਇਸ਼ਕ ਲਈ ਉਤਸੁਕ ਨਹੀਂ ਕਿਹਾ ਜਾ ਸਕਦਾ ਜਿੰਨਾ ਚਿਰ ਉਸ ਦੇ ਦਿਮਾਗ ਵਿੱਚ ਆਪਣੇ ਪ੍ਰੀਤਮ ਦੀ ਖੋਜ ਕਰਨ ਦੀ ਰੁਚੀ ਨਾ ਨਹੀਂ ਟਿਕਦੀ ਠੀਕ ਹੈ ਤੇ ਉਹਦੇ ਵਿੱਚ ਇਹ ਵਿਸ਼ੇਸ਼ ਜਾਂ ਕੇਂਦਰੀ ਭਾਵ ਆ ਲਿਖਾਂਗੇ ਕਿ ਮਨੁੱਖ ਨੂੰ ਪਵਿੱਤਰ ਤੇ ਨਿਮਾਣਾ ਬਣ ਕੇ ਸੰਜਾ ਸੰਸਾਰਿਕ ਪਦਾਰਥਾਂ ਦਾ ਮੋਹ ਤਿਆ ਕੇ ਰੱਬੀ ਇਸ਼ਕ ਦੀ ਇੱਛਾ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਹਰ ਨੈਸਟ ਪੈਰਾ ਸਟਾਰਟ ਹੋ ਜਾਂਦਾ ਹੈ ਕਹਿੰਦੇ ਸੋ ਪਲਵਾਨ ਬਹਾਦਰ ਨਹੀਂ ਜਿਹੜੇ ਟਾ ਲੈਣ ਕੁਝ ਮਸਤਾ ਠੀਕ ਹੈ ਸਾਹਿਬ ਜੋਰ ਹੋ ਵੀ ਜਗ ਜਾਣੇ ਜਿਹੜੇ ਦਿਲ ਨੂੰ ਦਿਨ ਸਿਕਸਤਾ ਮਤਲਬ 6 ਤੋਂ 6 ਤੱਕ ਕਰ ਦੇਣਾ ਹਰਾ ਦੇਣਾ ਠੀਕ ਹੈ ਤੇ ਮੂਲ ਗਵਾ ਲਿਆ ਮੈਂ ਜਹੀ ਆ ਅਸਾਂ ਸਹਿਵਤ ਹਿਰਸੁ ਪੁਸਤਾ ਸਾਹਿਬ ਮਗਜ ਰਸੀਲਾ ਹਾਕਮ ਜਿਹੜੇ ਕਰ ਕਰ ਬਹਿਣ ਨਿਸ਼ਸਤਾ ਤੇ ਇਸ ਪੈਰੇ ਦਾ ਹੈਗਾ मीनिंग ਛੋਟਾ ਜਿਹਾ ਸਮਝਾ ਦਿੰਨੇ ਆ ਫਿਰ ਬਾਅਦ ਚ ਐਕਸਪਲੇਨ ਕਰਾਂਗੇ ਕਹਿੰਦੇ ਨੇ ਕਿ ਕਹਿੰਦੇ ਉਹ ਪਾਏ ਉਹ ਬੰਦੇ ਨੂੰ ਉਹ ਪਹਿਲਵਾਨ ਨੂੰ ਬਹਾ ਦਿੰਦੇ ਸਮਝਿਆ ਜਾਂਦਾ ਜਿਹੜੇ ਕਿ ਮਸਕੂਜ ਮਸਤਾਨ ਨੇ ਮਤਲਬ ਜਿਹੜੇ ਕਿ ਆਪਣੇ ਤਾਕਤ ਦੇ ਹੰਗਾਰੜ ਵਿੱਚ ਬੜੇ ਮਸਤ ਹੋਏ ਫਿਰਦੇ ਨੇ ਕਿ ਹਾਂ ਹੀ ਬੋਡੀ ਬਿਲਡਰ ਆ ਜਾ ਹਾਂ ਹੀ ਪਹਿਲਵਾਨ ਆ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਕਹਿੰਦੇ ਉਹਨਾਂ ਨੂੰ ਹਰਾਣਾ ਕੋਈ ਬਾਦਰੀ ਦਾ ਕੰਮ ਨਹੀਂ ਹੈ ਠੀਕ ਹੈ ਕਹਿੰਦੇ ਕਿ ਉਹ insan ਜਿਹੜਾ ਹੈ ਉਹ ਬਾਦਰ ਹੈ ਜਿਹੜਾ ਆਪਣੇ ਦਿਲ ਦੇ ਵਿੱਚੋਂ ਵਿਕਾਰਾਂ ਨੂੰ ਕੱਢ ਕੇ ਜਿਹੜਾ ਉਹ ਵਿਕਾਰਾਂ ਨੂੰ ਕੱਟਦਾ ਉਹ ਬਾਦਰ ਹੈ ਆਪਣੀ ਬੁਰਾਈ ਨੂੰ ਦੂਰ ਕਰਦਾ ਉਹ ਬਾਦਰ ਹੈ ਠੀਕ ਹੈ ਤੇ ਇਸ ਤਰ੍ਹਾਂ ਕਵੀ ਕਹਿਣ ਰਿਹਾ ਕਿ ਆਪਣੇ ਮਗਜ ਵਿੱਚੋਂ ਆਪਣੇ ਦਿਮਾਗ ਦੇ ਵਿੱਚ ਜਿਹੜੇ ਲੋਕ ਸਮਝਦਾਰ ਤੇ ਮਿੱਠਾ ਬੋਲਣ ਵਾਲੇ ਹੁੰਦੇ ਹਨ ਉਹ ਰੱਬ ਦੀ ਦਰਗਾਹ ਵਿੱਚ ਵਿਸ਼ੇਸ਼ ਸਥਾਨ ਪਾ ਲੈਂਦੇ ਨੇ ਤੇ ਜਾਂ ਫਿਰ ਇੱਕ ਕਹਿੰਦੇ ਕਿ ਅਗੇ ਕਵੀ ਕਹਿੰਦਾ ਹੈ ਇਸਤਰੀ ਵਿਸ਼ ਵਿੱਚ ਕਹਿੰਦਾ ਕਿ ਮੈਂ ਮਤਲਬ ਆਪਣੇ ਮਤਲਬ ਕਾਮ ਕ੍ਰੋਧ ਦੇ ਵਿੱਚ ਫਸ ਕੇ ਨਾਲਚ ਦੇ ਵਿੱਚ ਫਸ ਕੇ ਤੇ ਉਸ ਸ਼ਹੁਕਾਰ ਦੀ ਵਾਂਗ ਹੋ ਗਈਆਂ ਜਿੰਨੇ ਕਿ ਆਪਣਾ ਸਭ ਕੁਝ ਗਵਾ ਦਿੱਤਾ ਭਾਵੇਂ ਕਿ ਉਹ ਪ੍ਰਮਾਤਮਾ ਦੀ ਭਗਤੀ ਤੋਂ ਬੇਮੁਖ ਹੋ ਗਈ ਹੈ ਠੀਕ ਹੈ ਤੇ ਇਹਦਾ ਪ੍ਰਸੰਗ ਜਿਹੜਾ ਬੇਟਾ ਅਸੀਂ ਉਹ ਹੀ ਲਿਖਾਂਗੇ ਜਿਹੜਾ ਉਪਰੋਕਤ ਲਿਖਿਆ ਹੈ ਹਾਂ ਤੇ ਵਿਆਖਿਆ ਇਸ ਤਰ੍ਹਾਂ ਹੈ ਕਹਿੰਦੇ ਨੇ ਕਿ ਹਾਸਮ ਕਹਿੰਦਾ ਹੈ ਕਿ ਉਹਨਾਂ ਪਹਿਲਵਾਨਾਂ ਨੂੰ ਬਹਾਦਰ ਨਹੀਂ ਕਿਹਾ ਜਾ ਸਕਦਾ ਜਿਹੜੇ ਕੁਝ ਤਾਕਤ ਤੇ ਹੰਕਾਰੇ ਲੋਕਾਂ ਨੂੰ ਢਾ ਲੈਂਦੇ ਹਨ ਭਾਵ ਹਰਾ ਦਿੰਦੇ ਹਨ ਭਾਵ ਉਹਨਾਂ ਨੂੰ ਮੁਕਾਬਲਿਆਂ ਵਿੱਚੋਂ ਹਰਾ ਦਿੰਦੇ ਹਨ ਦੁਨੀਆ ਜਾਣਦੀ ਹੈ ਕਿ ਅਸਲ ਤਾਕਤਵਰ ਉਹ ਹੁੰਦੇ ਹਨ ਜੋ ਵਿਕਾਰਾਂ ਵੱਲ ਦੌੜਦੇ ਵਿਕਾਰਾਂ ਵੱਲ ਮੁੜਦੇ ਜਾਂ ਦੌੜਦੇ ਮਨ ਨੂੰ ਹਰਾਉਣ ਲਈ ਵਿਕਾਰਾਂ ਨੂੰ ਛੱਡ ਦਿੰਦੇ ਹਨ ਠੀਕ ਹੈ ਕਵੀ ਹੁਣ ਇਸਤਰੀ ਰੂਪ ਵਿੱਚ ਕਹਿੰਦਾ ਹੈ ਕਿ ਮੇਰੇ ਵਰਗੀਆਂ ਕਾਮ ਅਤੇ ਹੋ ਨਾ ਇਸ਼ਾਵਾਂ ਵਿੱਚ ਧੋੜਨ ਵਾਲੀਆਂ ਇਸਤਰੀਆਂ ਨੂੰ ਕੋਈ ਫਲ ਤਾਂ ਪ੍ਰਾਪਤ ਕੀ ਹੋਣਾ ਸੀ ਉਹਨਾਂ ਨੇ ਤਾਂ ਆਪਣਾ ਮੂਲ ਧਨ ਇੱਕ ਲਾਲਚੀ ਸਹੂਕਾਰ ਵਾਂਗ ਗੁਵਾ ਲਿਆ ਹੈ ਭਾਵੇਂ ਉਹਨਾਂ ਆਪਣਾ ਜੀਵਨ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਵਿਅਰਥ ਹੀ ਗੁਵਾ ਲਿਆ ਹੈ ਅੱਗੇ ਕਵੀ ਕਹਿੰਦੇ ਹਨ ਕਿ ਜਿਹੜੇ ਲੋਕ ਸਮਝਦਾਰ ਅਤੇ ਮਿੱਠਾ ਬੋਲਣ ਵਾਲੇ ਹੁੰਦੇ ਹਨ ਉਹ ਰੱਬ ਦੀ ਦਰਗਾਹ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕਰਦੇ ਹਨ ਠੀਕ ਹੈ ਬੇਟਾ ਅੱਗੇ ਇਹਦਾ ਨਹੀਂ ਵਿਸ਼ੇਸ਼ ਜਾਂ ਕੇਂਦਰੀ ਭਾਵ ਇਸ ਤਰ੍ਹਾਂ ਲਿਖਾਂਗੇ ਕਹਿੰਦੇ ਨੇ ਕਿ ਅਸਲ ਤਾਕਤਵਰ ਲੋਕ ਉਹ ਹੁੰਦੇ ਹਨ ਜੋ ਵਿਕਾਰਾਂ ਨੂੰ ਖਤਮ ਕਰਦੇ ਹਨ ਵਿਕਾਰ ਕੀ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰਦੇ ਹਨ ਮਿੱਠਾ ਬੋਲ ਕੇ ਤੇ ਸਮਝਦਾਰੀ ਨਾਲ ਰੱਬ ਦੀ ਦਰਗਾਹ ਵਿੱਚ ਉੱਚਾ ਸਥਾਨ ਪ੍ਰਾਪਤ ਕਰਦੇ ਹਨ ਠੀਕ ਹੈ ਅੱਗੇ ਹੈਗਾ ਨੈਸਟ ਪੈਰਾ ਕਹਿੰਦੇ ਨੇ ਕਿ ਇੱਕ ਸੇ ਇੱਕ ਸੇ ਮਤਲਬ ਇਕੋ ਜੇ ਇੱਕ ਸੇ ਤਾਰ ਬਹਾਰ ਨਾ ਰਹਿੰਦੀ ਨਹੀਂ ਇੱਕ ਸੇ ਤੌਰ ਜਮਾਨਾ ਮਤਲਬ ਹਮੇਸ਼ਾ ਬਹਾਰ ਨਹੀਂ ਰਹਿੰਦੀ ਕੋ ਜੀ ਤੇ ਨਾ ਹੀ ਜਿਹੜਾ ਜਮਾਨਾ ਉਹਦਾ ਤੌਰ ਤਰੀਕੇ ਹਰ ਇੱਕ ਚਾਲ ਨਹੀਂ ਅਲਬੇਲੀ ਨਹੀਂ ਹਰ ਦਮ ਜੋਰ ਜਵਾਨਾ ਕਹਿੰਦੇ ਕਿ ਨਾ ਹੀ ਜਿਹੜੀ ਚਾਲ ਮਸਤਾਨੀ ਰਹਿੰਦੀ ਹੈ ਤੇ ਨਾ ਹੀ ਆਦਮੀ ਵਿੱਚ ਹਮੇਸ਼ਾ ਜੋਰ ਰਹਿੰਦਾ ਰੋਵਣ ਸੋਗ ਹਮੇਸ਼ਾ ਨਾ ਹੋਵੇ ਨਹੀਂ ਨਿਤ ਨਿਤ ਰਾਗ ਸਹਾਨਾ ਤੇ ਜਿਹੜੇ ਖੁਸ਼ੀਆਂ ਗਮੀਆਂ ਸੋ ਗਿਆ ਇਹ ਵੀ ਹਮੇਸ਼ਾ ਨਹੀਂ ਰਹਿੰਦੀਆਂ ਤੇ ਨਾ ਹੀ ਕਿਤੇ ਵਧੀਆ ਜੇ ਰਾਗ ਸੋਹਾਨੇ ਰਹਿੰਦੇ ਨੇ ਹਾਸਮ ਬੈਠ ਖਾਈਏ ਲਖਦਾਰਾ ਇਹ ਜੱਗ ਮੁਸਾਫਰ ਖਾਨ ਕਹਿੰਦੇ ਕਿ ਅਹੀਂ ਭਾਸਮਿਕ ਕਹਿੰਦਾ ਕਿ ਅਹੀਂ ਵੀ ਉਡਾਂ ਡਾਰਾਂ ਦੀ ਤਰ੍ਹਾਂ ਵਾ ਜਿਹੜੇ ਕਿ ਸੰਸਾਰ ਵਿੱਚ ਸੰਸਾਰ ਰੂਪੀ ਜਿਹੜਾ ਐਸਾ ਬਾਗ ਹੈ ਉਹਦੇ ਵਿੱਚ ਆਏ ਆ ਤੇ ਡਾਰਾਂ ਦੀ ਤਰ੍ਹਾਂ ਵਾ ਜਿਨ੍ਹਾਂ ਨੇ ਥੋੜਾ ਜਿਹਾ ਪੈ ਕੇ ਤੇ ਇਥੋਂ ਚਲੇ ਜਾਣਾ ਕਿਉਂਕਿ ਇਹ ਜੱਗ ਜਿਹੜਾ ਮੁਸਾਫਰਖਾਨਾ ਜਿੱਥੇ ਮੁਸਾਫਰ ਆਂਦਾ ਤੇ ਆਪਣੀ ਗੱਡੀ ਆਪਣਾ ਸਫ਼ਰ ਪੂਰਾ ਕਰਕੇ ਚਲਾ ਜਾਂਦਾ ਹੈ ਠੀਕ ਹੈ ਇਹਦਾ ਵੀ ਪ੍ਰਸੰਗ ਬੇਟਾ ਅਸੀਂ ਉਪਰੋਕਤ ਹੀ ਲਿਖਾਂਗੇ ਤੇ ਵਿਆਖਿਆ ਇਸ ਤਰ੍ਹਾਂ ਕਰਦੇ ਆ ਕਿ ਕਵੀ ਕਹਿੰਦਾ ਹੈ ਕਿ ਦੁਨੀਆਂ ਵਿੱਚ ਸਦਾ ਇੱਕੋ ਜਹੀ ਬਹਾਰ ਨਹੀਂ ਰਹਿੰਦੀ ਅਤੇ ਨਾ ਹੀ ਇੱਕੋ ਜਿਹਾ ਦੁਨੀਆਂ ਦਾ ਰੰਗ ਟੰਗ ਰਹਿੰਦਾ ਹੈ ਰੰਗ ਟੰਗ ਤੋਂ ਮਤਲਬ ਜਿਵੇਂ ਅੱਜ ਕੱਲ੍ਹ ਚੱਲਿਆ ਕਿ ਹੁਣ ਆ ਫੈਸ਼ਨ ਚੱਲ ਗਿਆ ਵਾ ਹੁਣ ਆ ਫੈਸ਼ਨ ਚੱਲ ਗਿਆ ਇਸਾਂ ਦੇ ਕੱਪੜੇ ਪਾਉਣ ਦਾ ਫੈਸ਼ਨ ਚੱਲ ਗਿਆ ਤੇ ਉਸੇ ਤਰ੍ਹਾਂ ਕਹਿ ਕੇ ਦੁਨੀਆਂ ਦਾ ਇਹੋ ਜਿਹਾ ਰੰਗ ਟੰਗ ਨਹੀਂ ਰਹਿੰਦਾ ਬੰਦੇ ਦੀ ਚਾਲ ਸਦਾ ਇੱਕੋ ਜਹੀ ਮਸਤਾਨੀ ਭਰੀ ਨਹੀਂ ਰਹਿੰਦੀ ਜਿਸ ਬੰਦਾ ਜਵਾਨ ਹੁੰਦਾ ਜਾਂ ਲੜਕੀ ਜਵਾਨ ਹੁੰਦੀ ਜਾਂ ਬੁਆਏ ਜਵਾਨ ਹੁੰਦਾ ਤੇ ਉਹਨਾਂ ਦੇ ਤੁਰਨ ਦਾ ਤਰੀਕਾ ਹੀ ਕੁਝ ਹੋਰ ਹੋ ਜਾਂਦਾ ਤੇ ਕਹਿੰਦੇ ਸਦਾ ਇਹੋ ਜੀ ਮਸਤੀ ਭਰੀ ਜਿਹੜੀ ਹੈ ਚਾਲ ਚੱ ਨਹੀ ਰਹਿੰਦੀ ਤੇ ਨਾ ਹੀ ਉਹਨਾਂ ਵਿੱਚ ਸਦਾ ਜਵਾਨੀ ਵਾਲਾ ਜੋਸ਼ ਰਹਿੰਦਾ ਹੈ ਠੀਕ ਹੈ ਦੂਜਾ ਦੁਨੀਆ ਵਿੱਚ ਸਦਾ ਦੁੱਖ ਗਮ ਸ਼ੋਗ ਨਹੀਂ ਰਹਿੰਦੇ ਤੇ ਨਾ ਹੀ ਲਗਾਤਾਰ ਹਰ ਰੋਜ਼ ਖੁਸ਼ੀਆਂ ਦੇ ਵਾਜੇ ਵੱਜਦੇ ਹਨ ਇਸ ਸੰਸਾਰ ਵਿੱਚ ਲੱਖਾਂ ਲੋਕ ਜਿੰਨੇ ਵੀ ਲੋਕ ਹੈ ਲੱਖਾਂ ਲੋਕ ਪੰਛੀਆਂ ਦੀਆਂ ਡਾਰਾਂ ਦੀ ਤਰ੍ਹਾਂ ਆਏ ਅਤੇ ਕੁਝ ਸਮਾਂ ਬੈ ਕੇ ਚਲੇ ਗਏ ਮਤਲਬ ਕੋਈ ਵੀ ਇੱਥੇ ਸਦਾ ਲਈ ਰਹਿਣ ਨਹੀਂ ਆਇਆ ਠੀਕ ਹੈ ਇਸ ਲਈ ਇਹ ਸੰਸਾਰ ਜਿਹੜਾ ਹੈ ਇੱਕ ਮੁਸਾਫਰਖਾਨਾ ਹੈ ਜਿੱਥੇ ਮੁਸਾਫਰ ਜੀਵਨ ਦੀ ਇੱਕ ਰਾਤ ਕੱਟਣ ਲਈ ਆ ਕੇ ਡੇਰਾ ਲਾ ਕੇ ਬੈ ਜਾਂਦਾ ਬਹਿ ਜਾਂਦੇ ਹਨ ਅਤੇ ਰਾਤ ਮੁੱਕਨ ਤੇ ਉਹ ਤੁੰਕੂਚ ਕਰ ਜਾਂਦੇ ਹਨ ਕਹਿਣ ਦਾ ਭਾਵ ਹੈ ਕਿ ਜਿਹੜਾ ਸੰਸਾਰ ਹੈ ਉਹਦੇ ਵਿੱਚ ਮਨੁੱਖ ਜਿਹੜਾ ਕੁਝ ਸਮੇ ਲਈ ਆਇਆ ਹੈ ਤੇ ਆਪਣੇ ਆਪਣਾ ਟਾਈਮ ਪੀਰੀਅਡ ਪੂਰਾ ਕਰਕੇ ਉਹਨੇ ਇਸ ਸੰਸਾਰ ਵੱਲੋਂ ਕੁਝ ਕਰ ਜਾਣਾ ਮਤਲਬ ਚਲੇ ਜਾਣਾ ਠੀਕ ਹੈ ਅੱਗੇ ਵਿਸ਼ੇਸ਼ ਜਾਂ ਕੇਂਦਰੀ ਭਾਵ ਕੀ ਕਰਾਂਗੇ ਇਸ ਪਹਿਲੇ ਦਾ ਇਹ ਲਿਖਾਂਗੇ ਸੰਸਾਰ ਕੀ ਹੈ ਨਾਸ਼ਵਾਨ ਠੀਕ ਹੈ ਇੱਥੇ ਜਨਮ ਮਰਨ ਦਾ ਚੱਕਰ ਲਗਾਤਾਰ ਉਸੇ ਤਰ੍ਹਾਂ ਚਲਦਾ ਹੈ ਜੀਵੇ ਦੁਨੀਆ ਵਿੱਚ ਖੁਸ਼ੀ ਗਮੀ ਦਾ ਚੱਕਰ ਚਲਦਾ ਹੈ ਨਾ ਤੇ ਸਦਾ ਖੁਸ਼ੀ ਵਾਲੇ ਰਹਿੰਦਾ ਟਾਈਮ ਤੇ ਨਾ ਹੀ ਕਦੇ ਸਦਾ ਗਮੀ ਵਾਲਾ ਰਹਿੰਦਾ ਇਹ ਵੱਖਰੀ ਗੱਲ ਹੈ ਕਿ ਗਮ ਦਾ ਜਿਹੜਾ ਸਮਾਂ ਉਪਾਸ ਨਹੀਂ ਹੁੰਦਾ ਤੇਾਨੂੰ ਗਮ ਆਪਣੇ ਜ਼ਿਆਦਾ ਲੱਗਤੇ ਰਹੇ ਤੇ ਖੁਸ਼ੀ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਟਾਈਮ ਕਿਹੜੇ ਵਲੇ ਬੀਤ ਜਾਂਦਾ ਠੀਕ ਹੈ ਬੱਚੇ ਅੱਕੇ ਹੈਗਾ ਲਾਸਟ ਪੈਰਾ ਹੈਗਾ ਕਹਿੰਦੇ ਦਿਲ ਤੂੰ ਹੀ ਦਿਲਦਾਰ ਵੀ ਤੂੰ ਹੀ ਅਤੇ ਦੀਦ ਤੂੰ ਹੀ ਦੁੱਖ ਤੇਰਾ ਕਹਿੰਦਾ ਤੂੰ ਹੀ ਮੇਰਾ ਦਿਲ ਹੈ ਤੂੰ ਹੀ ਮੇਰਾ ਦਿਲਦਾਰ ਹੈ ਜਿਹਨੂੰ ਮੈਂ ਪਿਆਰ ਕਰਦੀ ਮੇਰੇ ਦਿਲ ਨੂੰ ਲੁੱਟਣ ਵਾਲਾ ਹੈ ਤੇ ਤੂੰ ਹੀ ਮੇਰੇ ਮੈਂ ਤੇਰੇ ਦਰਸ਼ਨਾਂ ਨੂੰ ਤਰਸਦੀ ਆ ਤੇ ਤੂੰ ਹੀ ਮੈਨੂੰ ਮੈਂ ਬਤਲ ਤੇ ਦਰਸ਼ਨਾ ਦੇ ਦੁੱਖ ਵਿੱਚ ਦੁਖੀ ਹੁੰਨੀ ਆ ਨੀਂਦਰ ਭੁੱਖ ਆਰਾਮ ਤੂੰ ਹੀ ਤੂੰ ਅਤੇ ਤੈ ਬਿਨ ਜਗਤ ਅੰਧੇਰਾ ਕਹਿੰਦੇ ਮੇਰੀ ਨੀਂਦਰ ਵੀ ਤੂੰ ਹੈ ਮੇਰਾ ਰਾਮ ਵੀ ਹੋ ਮੈਂ ਤੇ ਤੇਰੇ ਬਿਨਾ ਮੇਰਾ ਜਗਤ ਜਿਹੜਾ ਮੇਰੀ ਸੰਸਾਰ ਅੰਧੇਰਾ ਹੈ ਨੈਣ ਪ੍ਰਾਨ ਹਯਾਤੀ ਤੂੰ ਹੀ ਇੱਕ ਹਰਫ ਨਾ ਮੇਰਾ ਕਹਿੰਦੇ ਮੇਰਾ ਨੈਣ ਮੇਰਾ ਪਿਆਰ ਮੇਰਾ ਬजूद ਸਭ ਕੁਝ ਤੂੰ ਹੀ ਹੈ ਮੇਰੇ ਨੈਣ ਵੀ ਪ੍ਰਾਨ ਵੀ ਮੇਰਾ ਜਿਹੜਾ ਇਸ ਟਾਈਮ ਮੈਂ ਜਿੰਦਾ ਹਾਂ ਤੇ ਉਹ ਵੀ ਸਭ ਕੁਝ ਤੂੰ ਹੀ ਹੈ ਤੇ ਮੇਰਾ ਤੇ ਮੇਰੇ ਵਿੱਚ ਇੱਕ ਲਵਜ਼ ਨਹੀਂ ਹੈਗਾ ਹਰਫ ਮੇਰਾ ਇੱਕ ਅੱਖਰ ਨਹੀਂ ਹੈਗਾ ਹਾਂ ਸਮਸਾਜ ਤੂੰ ਸਾਡੇ ਦਮ ਦੀ ਹੋਰ ਮੁਲਖ ਬਥੇਰਾ ਕਹਿੰਦੀ ਮੈਨੂੰ ਤੇ ਸਾਜ ਸਿਰਫ ਤੇਰੇ ਨਾਲ ਹੈ ਤੇਰੇ ਨਾਲ ਹੀ ਮੇਰਾ ਦਮ ਹੈ ਤੇ ਭਾਵੇਂ ਸਾਰਾ ਸੰਸਾਰ ਵਸਦਾ ਹੈ ਠੀਕ ਹੈ ਇਹਨੂੰ ਹੀ ਫਿਰ ਉਹ ਹੀ ਕਵਾਂਗੇ ਕਿ ਪ੍ਰਸੰਗ ਜਿਹੜਾ ਉਪਰੋਕਤ ਕਰ ਲੈਣਾ ਤੇ ਜਿਹੜੀ ਵਿਆਖਿਆ ਉਹ ਹੀ ਇਸ ਤਰ੍ਹਾਂ ਕਰਦੇ ਆ ਕਹਿੰਦੇ ਹਾਸਮ ਕਹਿੰਦਾ ਹੈ ਕਿ हे ਪਿਆਰੇ ਤੂੰ ਹੀ ਮੇਰਾ ਦਿਲ ਹੈ ਤੇ ਤੂੰ ਹੀ ਮੇਰੇ ਦਿਲ ਨੂੰ ਲੁੱਟਣ ਵਾਲਾ ਹੈ ਤੂੰ ਹੀ ਮਤਲਬ ਦਿਲ ਤੂੰ ਹੀ ਦਿਲਦਾਰ ਵੀ ਤੂੰ ਹੀ ਤੂੰ ਹੀ ਮੇਰਾ ਦਿਲ ਹੈ ਤੇ ਤੂੰ ਹੀ ਮੇਰੇ ਦਿਲ ਨੂੰ ਲੁੱਟਣ ਵਾਲਾ ਹੈ ਮੈਂ ਤੇਰਾ ਹੀ ਦਰਸ਼ਨ ਕਰਨਾ ਚਾਹੁੰਦਾ ਹਾਂ ਅਤੇ ਮੇਰੇ ਮੈਨੂੰ ਦੁੱਖ ਵੀ ਤੇਰੇ ਵਿਛੋੜੇ ਦਾ ਹੀ ਹੈ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਤੇ ਮੈਨੂੰ ਦੁੱਖ ਵੀ ਕਾਹਦਾ ਹੈ ਤੇਰੇ ਵਿਛੋੜੇ ਦਾ ਮੇਰੀ ਨੀਂਦਰ ਮੇਰੀ ਭੁੱਖ ਆਰਾਮ ਸਭ ਕੁਝ ਤੂੰ ਹੀ ਹੈ ਤੇਰੇ ਬਿਨਾ ਇਹ ਸੰਸਾਰ ਮੇਰੇ ਲਈ ਅੰਧਕਾਰ ਨਾਲ ਭੜਿਆ ਹੋਇਆ ਹੈ ਮਤਲਬ ਮੈਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਤੇਰੇ ਤੋਂ ਬਿਨਾ ਮੇਰੇ ਨੈਣ ਪ੍ਰੈਨ ਅਤੇ ਜੀਵਨ ਸਭ ਕੁਝ ਤੂੰ ਹੀ ਹੈ ਅਤੇ ਮੇਰੇ ਵਿੱਚ ਇੱਕ ਵੀ ਅੱਖਰ ਨਹੀਂ ਆਪਣਾ ਠੀਕ ਹੈ ਮੇਰੇ ਮਤ ਹ ਜਿਹੜਾ ਹਰਫ ਹੁੰਦਾ ਹੈ ਹਰਫ ਹੁੰਦਾ ਅੱਖਰ ਹੁੰਦਾ ਬਟੇ ਅੱਗੇ ਕ ਭਾਵੇਂ ਸਾਰਾ ਸੰਸਾਰ ਵਸਦਾ ਹੈ ਪਰ ਮੈਨੂੰ ਆਪਣੀ ਜ਼ਿੰਦਗੀ ਦੀ ਸਾਹ ਲਈ ਹਮੇਸ਼ਾ ਤੇਰੀ ਹੀ ਲੋੜ ਹੈ ਮੈਨੂੰ ਆਪਣੀ ਜ਼ਿੰਦਗੀ ਦੀ ਸਾਚ ਲਈ ਹਮੇਸ਼ਾ ਜਿਹੜੀ ਤੇਰੀ ਲੋੜ ਹੈ ਤੇ ਬੇਟਾ ਇਹਦੇ ਵਿੱਚ ਸਿਰਫ ਇਹ ਸਾਰੀਆਂ ਗੱਲਾਂ ਪਰਮਾਤਮਾ ਨੂੰ ਕਹੀਆਂ ਗਈਆਂ ਮਤਲਬ ਪਰਮਾਤਮਾ ਦੀ ਭਗਤੀ ਵਾਲੇ ਕਹੀਆਂ ਗਈਆਂ ਜਿਹੜਾ ਇਨਸਾਨ ਜਿਹੜਾ ਇਨਸਾਨ ਪ੍ਰਭੂ ਭਗਤੀ ਵਿੱਚ ਜੀਨ ਹੋ ਜਾਂਦਾ ਹੈ ਤਾਂ ਉਹਨੂੰ ਉਹ ਸਾਰੇ ਰਿਸ਼ਤੇ ਪਰਮੇਸ਼ਵਰ ਕੋਲੋਂ ਲੱਭਦਾ ਹੈ ਮੇਰੀ ਮਾਂ ਵੀ ਤੂੰ ਮੇਰਾ ਪੈਣ ਵੀ ਤੂੰ ਮੇਰਾ ਭਰਾ ਵੀ ਤੂੰ ਸਾਰਾ ਕੁਝ ਤੂੰ ਹੀ ਤੂੰ ਜੇ ਤੁਹਾਡੇ ਵਿੱਚ ਮੈਂ ਖਤਮ ਹੋ ਕੇ ਤੂੰ ਹੀ ਤੂੰ ਆ ਜਾਂਦਾ ਨਾ ਤੇ ਸਮਝ ਲਓ ਕਿ ਤੁਹਾਡੇ ਵਿੱਚ ਪਰਮਾਤਮਾ ਦਾ ਭਵਾਸ ਹੋਣ ਵਾਲਾ ਹੈ ਠੀਕ ਹੈ ਕਿਉਂਕਿ ਤੁਹਾਡੇ ਵਿੱਚ ਮੈਂ ਨਿਕਲ ਗਈ ਹੈ ਜੋ ਸਭ ਕਹਿੰਗੇ ਪ੍ਰਭੂ ਤੂੰ ਹੀ ਤੂੰ ਸਭ ਕੁਝ ਤੂੰ ਹੀ ਹੈ ਉਹ انسان ਦੀ ਜਿਹੜੀ ਮੈਂ ਆਪਣੇ ਆਪ ਖਤਮ ਹੋ ਜਾਂਦੀ ਹੈ ਜਦੋਂ ਮੈਂ ਖਤਮ ਹੋ ਜੇ ਹੰਕਾਰ ਚਲ ਜਾਂਦਾ ਹੈ ਠੀਕ ਹੈ ਤੇ ਇਹਦਾ ਵਿਸ਼ੇਸ਼ ਕੀ ਲਿਖਾਂਗੇ ਕਹਿੰਦਾ ਮਨੁੱਖ ਦਾ ਇਸ ਸੰਸਾਰ ਵਿੱਚ ਕੁਝ ਨਹੀਂ ਸਗੋ ਸਭ ਕੁਝ ਉਸ ਪਰਮਾਤਮਾ ਦਾ ਹੈ ਕਿਦਾ ਹੈ ਸਿਰਫ ਪਰਮਾਤਮਾ ਦਾ ਤੇ ਇਸ ਕਰਕੇ ਬੇਟਾ ਇਹ ਟੋਪਿਕ ਹਡਾ ਇੱਥੇ ਹੀ ਖਤਮ ਹੋ ਜਾਂਦਾ ਹੈ ਤੇ ਇਹਦੇ ਵੇਖਾਂਗੇ ਜੇ ਕੋਈ ਕੁਐਸਚਨ ਆਨਸਰ ਹੋਈਗਾ ਤੇ ਉਹ ਪਹਿਲਾਂ ਕਰਾਂਗੇ ਤੇ ਜੇ ਨਹੀਂ ਹੋਣਗੇ ਤਾਂ ਫਿਰ ਨੈਕਸਟ ਟੋਪਿਕ ਜਿਹੜਾ ਸ਼ੁਰੂ ਕਰ ਲਾਂਗੇ ਤੇ ਬੇਟਾ ਪਲੀਜ਼ ਜੇਕਰ ਤੁਹਾਨੂੰ ਮੇਰੀ ਪੜਾਉਣ ਦਾ ਤਰੀਕਾ ਜਾਂ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਬੇਟਾ ਬਹੁਤ ਮੁਸ਼ਕਲ ਹੁੰਦਾ ਪੰਜਾਬੀ ਵਿੱਚ ਟਾਈਪ ਕਰਨਾ ਤੇ ਕਿੰਨੀ ਵਾਰੀ ਵੀਡੀਓ ਡਿਲੀਟ ਵੀ ਕਰਨੀ ਪੈਂਦੀ ਹੈ ਫਿਰ ਦੁਬਾਰਾ ਬਣਾਉਣੀ ਪੈਂਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਮੇਰੀ ਵੀਡੀਓ ਨੂੰ ਵਟਸਐਪ ਤੇ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਬੱਚੇ ਜੜੇ ਨੇ ਜਿਆਦਾ ਜਿਆਦਾ ਬੈਨੀਫਿਟ ਉਠਾ ਸਕਣ ਤੇ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ